ਦੇਖਣ 'ਚ ਆਇਆ ਕਿ ਅੱਜ ਕੱਲ੍ਹ ਕੋਵਿਡ-19 ਦੇ ਕੇਸ ਲਗਾਤਾਰ ਵੱਧ ਰਹੇ ਹਨ। ਇਸ ਦਾ ਇੱਕ ਕਾਰਨ ਇਹ ਵੀ ਕਿਹਾ ਜਾਂਦਾ ਹੈ ਕਿ ਸਕੂਲ ਲੱਗਣ ਕਾਰਨ ਕਈ ਬੱਚੇ ਫੇਸ ਮਾਸਕ ਵਗੈਰਾ ਯੂਜ਼ ਨਹੀਂ ਕਰਦੇ ਅਤੇ ਬੱਚਿਆਂ ਨੂੰ ਉੱਥੋਂ ਪ੍ਰੋਬਲਮ ਹੋ ਜਾਂਦੀ ਹੈ, ਫਿਰ ਉਹਨਾਂ ਦੇ ਘਰਾਂ 'ਚ ਪ੍ਰੋਬਲਮ ਹੋ ਜਾਂਦੀ ਹੈ ਜਾਂ ਬੱਚਿਆਂ ਤੋਂ ਟੀਚਰਸ ਨੂੰ ਪ੍ਰੋਬਲਮ ਹੋ ਜਾਂਦੀ ਹੈ। ਐਜੂਕੇਸ਼ਨ ਇੰਸਟੀਟਿਊਟ 'ਚੋਂ ਕੋਵਿਡ-19 ਦੇ ਕਾਫੀ ਕੇਸ ਰਿਪੋਰਟ ਹੋ ਰਹੇ ਹਨ। ਇਸ ਕਰਕੇ ਅਸੀਂ ਅੱਜ ਕਾਫੀ ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰਸ, ਜਿਸ ਤਰ੍ਹਾਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਪੰਜੋਲਾ, ਮਲਵੇੜਾ, ਸਨੋਰ, ਲੋਟ, ਗੌਰਮੈਂਟ ਮਾਡਲ ਹਾਈ ਸਕੂਲ ਨਾਭਾ, ਸਾਹਿਬ ਨਗਰ, ਤਬਲਾਨ ਅਤੇ ਹੋਰ ਕੁਛ ਸੰਸਥਾਵਾਂ ਦੇ ਰੈਪ੍ਰਜੈਂਟੇਟਿਵ ਨੂੰ ਲੋੜਵੰਦ ਬੱਚਿਆਂ ਨੂੰ ਫਰੀ ਫੇਸ ਮਾਸਕ ਪ੍ਰੋਵਾਈਡ ਕਰਨ ਲਈ ਫੇਸ ਮਾਸਕ ਵੰਡੇ ਹਨ। ਅਸੀਂ ਇਹ ਫੇਸ ਮਾਸਕ ਓਨਰੇਬਲ ਮਿਸਟਰ ਜਸਟਿਸ ਰਾਜਨ ਗੁਪਤਾ, ਜੋ ਜੇਲ੍ਹ ਕਮੇਟੀ ਦੇ ਚੇਅਰਮੈਨ ਹਨ ਅਤੇ ਸੈਸ਼ਨ ਡਿਵੀਜ਼ਨ ਪਟਿਆਲਾ ਦੇ ਐਡਮਿਨਿਸਟ੍ਰੇਟਿਵ ਜੱਜ ਹਨ, ਉਹਨਾਂ ਦੀ ਇੰਸਪੀਰੇਸ਼ਨ ਅਤੇ ਗਾਈਡੈਂਸ ਦੇ ਤਹਿਤ ਜੋ ਪ੍ਰੋਜੈਕਟ ਸ਼ੁਰੂ ਕੀਤਾ ਹੈ ਉਸ ਪ੍ਰੋਜੈਕਟ ਦੀ ਕੜੀ ਵਿੱਚ ਵੰਡੇ ਹਨ। ਇਸ ਪ੍ਰੋਜੈਕਟ ਦੇ ਤਹਿਤ ਅਸੀਂ ਕੁਝ ਐਨ ਜੀ ਓਜ਼ ਅਤੇ ਜੇਲ੍ਹ ਐਡਮਿਨਿਸਟ੍ਰੇਸ਼ਨ ਵਿੱਚ ਕੋਆਰਡੀਨੇਸ਼ਨ ਪੈਦਾ ਕਰਕੇ ਜੇਲ੍ਹ ਇਨਮੇਟਸ ਤੋਂ ਇਹ ਮਾਸਕ ਤਿਆਰ ਕਰਵਾਉਂਦੇ ਹਾਂ। ਇਹਨਾਂ ਮਾਸਕ ਨੂੰ ਤਿਆਰ ਕਰਨ ਲਈ ਜਿਹੜਾ ਕੱਪੜਾ ਅਤੇ ਹੋਰ ਮਟੀਰੀਅਲ ਹੈ ਉਹ ਐਨ ਜੀ ਓਜ਼ ਪ੍ਰੋਵਾਈਡ ਕਰਦੀਆਂ ਹਨ। ਜੋ ਅਸੀਂ ਅੱਜ ਮਾਸਕ ਵੰਡੇ ਹਨ ਇਸ ਲਈ ਜਿਹੜਾ ਹੈ ਮਟੀਰੀਅਲ ਖਾਲਸਾ ਏਡ ਅਤੇ ਗਲੋਬਲ ਹਿਊਮਨ ਸਰਵਿਸ ਔਰਗਨਾਈਜੇਸ਼ਨ ਜੋ ਐਨ ਜੀ ਓਜ਼ ਹਨ ਇਹਨਾਂ ਨੇ ਪ੍ਰੋਵਾਈਡ ਕੀਤਾ ਹੈ ਅਤੇ ਸੈਂਟਰਲ ਜੇਲ੍ਹ ਪਟਿਆਲਾ ਦੇ ਇਨਮੇਟਸ ਨੇ ਇਹ ਮਾਸਕ ਤਿਆਰ ਕੀਤੇ ਹਨ। ਜੱਜ ਸਾਹਿਬ ਦੀ ਇਹ ਸ਼ੁਰੂ ਤੋਂ ਹੀ ਇੱਛਾ ਰਹੀ ਹੈ ਕਿ ਲੋੜਵੰਦ ਲੋਕਾਂ ਨੂੰ ਅੱਛੀ ਕੁਆਲਿਟੀ ਦੇ ਅਤੇ ਕੰਫਰਟੇਬਲ ਰੀਯੂਜੇਬਲ ਮਾਸਕ ਅਸੀਂ ਫਰੀ ਪ੍ਰੋਵਾਈਡ ਕਰੀਏ ਤਾਂ ਕਿ ਲੋਕ ਇਸ ਬਿਮਾਰੀ ਤੋਂ ਬਚ ਸਕਣ। ਉਹਨਾਂ ਨੇ ਇਸ ਮੰਤਵ ਲਈ ਇਹ ਪ੍ਰੋਜੈਕਟ ਸ਼ੁਰੂ ਕੀਤਾ ਅਤੇ ਅਸੀਂ ਅੱਜ ਤੱਕ ਕਰੀਬ 18-20 ਹਜ਼ਾਰ ਫੇਸ ਮਾਸਕ ਤਿਆਰ ਕਰਵਾ ਕੇ ਜ਼ਰੂਰਤਮੰਦ ਲੋਕਾਂ ਨੂੰ ਵੰਡ ਚੁੱਕੇ ਹਾਂ। ਇਸ ਨਾਲ ਜੋ ਜੇਲ੍ਹ ਦੇ ਵਿੱਚ ਬੰਦ ਲੋਕ ਹਨ ਉਹਨਾਂ ਨੂੰ ਵੀ ਬੜਾ ਉਤਸ਼ਾਹ ਮਿਲਦਾ ਹੈ ਕਿ ਅਸੀਂ ਆਪਣੇ ਸਮੇਂ ਦੌਰਾਨ ਅੱਛੇ ਕੰਮ ਵਿੱਚ ਪਾਰਟੀਸਪੇਟ ਕਰਦੇ ਹਾਂ, ਸਮਾਜ ਦੇ ਭਲੇ ਲਈ ਕੰਮ ਕਰਦੇ ਹਾਂ। ਅਤੇ ਸਾਨੂੰ ਟੀਚਰਸ ਨੇ ਅੱਜ ਦੱਸਿਆ ਹੈ ਕਿ ਸਾਨੂੰ ਫੇਸ ਮਾਸਕ ਦੀ ਸਖ਼ਤ ਜ਼ਰੂਰਤ ਹੈ ਕਿਉਂਕਿ ਬੱਚਿਆਂ ਕੋਲ ਮਾਸਕ ਨਹੀਂ ਹਨ। ਅਸੀਂ ਇਸ ਲਈ ਹੋਰ ਵੀ ਮਾਸਕ ਤਿਆਰ ਕਰਵਾਵਾਂਗੇ ਤਾਂ ਕਿ ਜਲਦੀ ਤੋਂ ਜਲਦੀ ਲੋੜਵੰਦ ਬੱਚਿਆਂ ਤੱਕ ਪਹੁੰਚਾਏ ਜਾ ਸਕੇ। ਕਿਸ ਨਾਲ ਆ ਜਾਓ not